ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ, ਜੋ ਕਿ ਪੰਜਾਬ ਦੀ ਗਰੁੱਪ ਸੀ ਦੀ ਵੈਕੈਂਸੀਜ਼ ਦੇ ਲੈ ਕੇ ਆ ਚੁੱਕੇ ਹੈ ਜੀ। ਲੇਟੈਸਟ ਵੈਕੈਂਸੀਜ਼ ਨੇ ਜਿਹਦੇ ਲਈ ਤੁਸੀਂ ਅਪਲਾਈ ਕਰਨਾ ਹੋਵੇਗਾ, ਕਿੱਦਾਂ ਤੁਸੀਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਮੈਂ ਅੱਜ ਇਸ ਵੀਡੀਓ 'ਚ ਤੁਹਾਨੂੰ ਦੇਣ ਜਾ ਰਿਹਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਏ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੀ ਨਾਲ ਬੈੱਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਜਿਹਦੇ ਲਈ ਸਿੰਪਲੀ ਗੂਗਲ ਜਾਣਾ ਔਰ ਟਾਈਪ ਕਰਨਾ kaloi.com, ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ DDAG ਉਹ ਮਿਲ ਜਾਂਦੀ ਹੈ, ਉੱਥੋਂ ਤੁਹਾਨੂੰ ਸਾਰੇ ਜੋਬ ਰਿਲੇਟਿਡ ਅਪਡੇਟ ਜਿਹੜੇ ਨੇ ਉਹ ਵੀ ਮਿਲ ਜਾਣਗੇ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਜੀ। ਬਾਕੀ ਤੁਹਾਨੂੰ ਕੋਈ ਡਾਊਟ, ਕਿਸੇ ਤਰ੍ਹਾਂ ਦੀ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ। ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਜਿੰਨੀਆਂ ਵੀ ਵੈਕੈਂਸੀਜ਼ ਹੁੰਦੀਆਂ ਨੇ ਉਹ ਲੈ ਕੇ ਆਉਂਦਾ ਹੀ ਰਹਾਂਗਾ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਮੈਂ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਜੀ। ਸਭ ਤੋਂ ਪਹਿਲਾਂ ਤਾਂ ਇਹ ਨੋਟੀਫਿਕੇਸ਼ਨ ਜਿਹੜੇ ਜੀ ਉਹ ਆਊਟ ਕੀਤਾ ਗਿਆ ਹੈ, ਜੋ ਕਿ PPPB ਵੱਲੋਂ, ਜਿਸ ਵਿੱਚ 1 ਕੰਪਲੈਕਸ Sector 68 SAS ਨਗਰ ਮੋਹਾਲੀ ਦੇ ਵੱਲੋਂ, ਇਸ ਦੇ ਵਿੱਚ ਨੋਟੀਫਿਕੇਸ਼ਨ ਨੰਬਰ ਜਿਹੜਾ 5/2024 ਜਿਹੜਾ ਹੈਗਾ, ਜਿਹਦੇ ਲਈ ਤੁਸੀਂ ਅਪਲਾਈ ਕਰਨਾ ਹੈ ਜੀ। ਇਸ ਦੇ ਵਿੱਚ ਜਿਹੜਾ ਅਪਲਾਈ ਕਰਨਾ ਆਲਰੇਡੀ ਸਟਾਰਟ ਹੋ ਚੁੱਕਾ, ਇਹਦੇ ਲਈ 5/4/2024 ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। 10/4/2024 ਇਹਦੀ ਲਾਸਟ ਡੇਟ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਅਪਲਾਈ ਕਰਨ ਦੇ ਲਈ, ਜਿਨ੍ਹਾਂ ਲਈ ਤੁਸੀਂ ਅਪਲਾਈ ਕਰਨਾ ਹੋਵੇਗਾ। ਇਸ ਦੇ ਵਿੱਚ ਅਗਰ ਮੈਂ ਨੈਕਸਟ ਗੱਲ ਕਰਦਾ ਇਸ ਵਿੱਚ ਇਸ ਵੈਕੈਂਸੀਜ਼ ਕਿਹੜੀਆਂ ਕਿਹੜੀਆਂ ਨੇ, ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ 2 ਤਰ੍ਹਾਂ ਦੀਆਂ ਵੈਕੈਂਸੀਜ਼ ਆਊਟ ਹੋਈਆਂ ਨੇ। ਕਲਰਕ ਦੀਆਂ 258 ਵੈਕੈਂਸੀਜ਼ ਨੇ, ਅਤੇ ਸਟੋਰ ਕੀਪਰ ਦੀ 1 ਵੈਕੈਂਸੀ ਜਿਹੜੀ ਹੈ ਜੀ ਉਹ ਇਸ ਦੇ ਵਿੱਚ ਆਊਟ ਕੀਤੀ ਗਈ ਹੈ, ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਹੈ ਉਹ ਕਰਨਾ ਹੋਵੇਗਾ। ਕੈਟਾਗਰੀ ਵਾਈਜ਼ ਅਗਰ ਅਸੀਂ ਗੱਲ ਕਰੀਏ, ਇੱਥੇ ਤੁਸੀਂ ਦੇਖ ਸਕਦੇ ਹੋ ਕੈਟਾਗਰੀ ਵਾਈਜ਼ ਇਹਨਾਂ ਨੇ ਇੱਥੇ ਜਿਹੜਾ ਹੈ ਉਹ ਡਿਟੇਲ ਦਿੱਤੀਆਂ ਹੋਈਆਂ ਨੇ, ਤੁਸੀਂ ਚੈੱਕ ਕਰਕੇ ਇਹਨਾਂ ਲਈ ਅਪਲਾਈ ਕਰ ਸਕਦੇ ਹੋ। ਜਿਸ ਵੀ ਕੈਟਾਗਰੀ 'ਚੋਂ ਤੁਸੀਂ ਬਿਲੋਂਗ ਕਰਦੇ ਹੋ, ਤੁਸੀਂ ਚੈੱਕ ਕਰਕੇ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰਨਾ ਹੋਵੇਗਾ। ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰਦੇ ਹਾਂ, ਇਸ ਦੇ ਵਿੱਚ ਤੁਹਾਡੇ ਕੈਟਾਗਰੀ ਕੋਡਸ ਨੇ ਜਿਹਦੇ ਤੁਸੀਂ ਆਨਲਾਈਨ ਅਪਲਾਈ ਕਰਨ ਦੇ ਵਿੱਚ ਜਿਹੜੇ ਨੇ ਭਰਨੇ ਹੋਣਗੇ, ਇਹ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦਿੱਤਾ ਹੋਇਆ ਜੀ। ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਇੱਥੇ, ਇਸ ਦੇ ਵਿੱਚ ਤੁਹਾਡੀ ਜਿਹੜੀ ਸੈਲਰੀ ਹੈ ਜੀ 19,900 ਸਟਾਰਟਿੰਗ ਸੈਲਰੀ ਜਿਹੜੀ ਇਸ ਦੇ ਵਿੱਚ ਉਹ ਰਹਿਣ ਵਾਲੀ ਹੈ ਜੀ। ਔਰ ਇਸ ਦੇ ਲਈ ਅਗਰ ਮੈਂ ਗੱਲ ਕਰਾਂ, ਵੈਕੈਂਸੀਜ਼ ਜਿਹੜੀਆਂ ਨੇ 2 ਤਰ੍ਹਾਂ ਦੀਆਂ ਨੇ, ਦੋਨਾਂ ਦੇ ਲਈ ਅਗਰ ਅਸੀਂ ਗੱਲ ਕਰੀਏ ਵਿੱਦਿਅਕ ਯੋਗਤਾ, ਮਤਲਬ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ, ਤਾਂ ਕਲਰਕ ਦੀਆਂ ਪੋਸਟਾਂ ਦੇ ਲਈ ਜਿਨ੍ਹਾਂ ਕੈਂਡੀਡੇਟ ਨੇ ਬੈਚਲਰ ਡਿਗਰੀ ਕੀਤੀ ਕਿਸੇ ਵੀ ਰਿਕੋਗਨਾਈਜ਼ ਯੂਨੀਵਰਸਿਟੀ ਤੋਂ, ਉਹ ਅਪਲਾਈ ਕਰ ਸਕਦੇ ਨੇ। ਇਸ ਦੇ ਵਿੱਚ ਤੁਹਾਨੂੰ ਜਿਹੜਾ ਰਿਕਰੂਟਮੈਂਟ ਅਥਾਰਟੀ ਵੱਲੋਂ ਇੱਕ ਜਿਹੜਾ ਤੁਹਾਡਾ ਕੁਆਲੀਫਾਈਂਗ ਕੰਪੀਟੀਟਿਵ ਟੈਸਟ ਜਿਹੜਾ ਕਰਵਾਇਆ ਜਾਵੇਗਾ, ਉਹ ਤੁਹਾਨੂੰ ਕੁਆਲੀਫਾਈ ਕਰਨਾ ਪਏਗਾ, ਤਾਂ ਹੀ ਤੁਸੀਂ ਇਹਦੇ ਲਈ ਜਿਹੜਾ ਜਿਹੜੇ ਨੇ ਉਹ ਸਿਲੈਕਟ ਹੋ ਪਾਓਗੇ, ਠੀਕ ਹੈ ਜੀ। ਔਰ ਇਸ ਦੇ ਵਿੱਚ ਨੈਕਸਟ ਅਗਰ ਮੈਂ ਗੱਲ ਕਰਾਂ, ਇਸ ਦੇ ਵਿੱਚ ਤੁਹਾਡੀ ਜਿਹੜੀ ਹੈ 30 words per minute ਦੀ ਸਪੀਡ ਦੇ ਅਕੋਰਡਿੰਗਲੀ ਤੁਹਾਨੂੰ ਜਿਹੜਾ ਹੈ ਜੀ ਉਹ ਇਹਦੇ ਵਿੱਚ ਟਾਈਪਿੰਗ ਵੀ ਕਰਨੀ ਪਵੇਗੀ, ਪੰਜਾਬੀ ਟੈਸਟ ਜਿਹੜਾ ਤੁਹਾਡਾ ਹੋਏਗਾ, ਠੀਕ ਹੈ ਜੀ, ਤੁਹਾਡੀ ਅਪੁਆਇੰਟਮੈਂਟ ਤੋਂ ਪਹਿਲਾਂ ਉਹ ਤੁਹਾਨੂੰ ਪਾਸ ਕਰਨਾ ਹੋਵੇਗਾ। ਤੁਹਾਡੇ ਕੋਲ ਜਿਹੜਾ ਹੈ 120 ਘੰਟੇ ਦਾ ਹੈਂਡਸ ਔਨ ਐਕਸਪੀਰੀਅੰਸ ਹੋਣਾ ਚਾਹੀਦਾ, ਜੋ ਕਿ ਪਰਸਨਲ ਆਫ ਕੰਪਿਊਟਰ ਐਂਡ ਔਰ ਇਨਫੋਰਮੇਸ਼ਨ ਟੈਕਨੋਲੋਜੀ, ਆਫਿਸ ਪ੍ਰੋਡਕਟੀਵਿਟੀ ਐਪਲੀਕੇਸ਼ਨ, ਡੈਸਕਟਾਪ ਪਬਲਿਸ਼ਿੰਗ ਦੇ ਵਿੱਚ ਹੋਣਾ ਚਾਹੀਦਾ ਜੀ। ਕੰਪਿਊਟਰ ਟੈਕਨੋਲੋਜੀ ਵਿੱਚ ਓ ਲੈਵਲ ਸਰਟੀਫਿਕੇਟ ਹੈ, ਤਾਂ ਵੀ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਜੀ, ਠੀਕ ਹੈ ਜੀ। ਸਟੋਰ ਕੀਪਰ ਦੇ ਲਈ ਵੀ ਬੈਚਲਰ ਡਿਗਰੀ ਰਿਕੁਆਇਰਡ ਹੈ, ਪੰਜਾਬੀ ਜਿਹੜੇ ਸਬਜੈਕਟ ਨਾਲ 10ਵੀਂ ਪਾਸ ਆਊਟ ਹੋਣੀ ਜ਼ਰੂਰੀ ਹੋਵੇਗੀ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇੱਥੇ, ਨੈਕਸਟ ਕੇਸ ਦੇ ਵਿੱਚ ਤੁਹਾਡੇ ਜਿਹੜੇ ਨੇ ਤੁਹਾਡੇ ਕੋਲ ਓ ਲੈਵਲ ਸਰਟੀਫਿਕੇਟ ਹੋਣਾ ਇਹ ਸਟੋਰ ਕੀਪਰ ਲਈ ਵੀ ਜ਼ਰੂਰੀ ਹੋਵੇਗਾ। ਇਸ ਦੇ ਵਿੱਚ ਵੀ ਤੁਹਾਡਾ ਜਿਹੜਾ ਹੈ ਰਾਵੀ ਫੌਂਟ, ਪੰਜਾਬੀ ਦੇ ਵਿੱਚ ਟਾਈਪਿੰਗ ਟੈਸਟ ਅਤੇ ਇੰਗਲਿਸ਼ ਵਿੱਚ ਟਾਈਪਿੰਗ ਟੈਸਟ ਜਿਹੜਾ ਹੈ ਉਹ ਤੁਹਾਡਾ ਹੋਵੇਗਾ, ਜਿਸ ਦੇ ਵਿੱਚ 30 words per minute ਦੀ ਸਪੀਡ ਤੁਹਾਡੀ ਹੋਣੀ ਜ਼ਰੂਰੀ ਹੋਵੇਗੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ, ਇਸ ਦੇ ਵਿੱਚ
ਤੁਹਾਡੀ ਏਜ ਲਿਮਿਟ ਜਿਹੜੀ 18 ਤੋਂ 37 ਹੈ, ਪਲੱਸ ਏਜ ਰਿਲੈਕਸੇਸ਼ਨ 3 ਤੋਂ ਲੈ ਕੇ 15 ਸਾਲ ਤੱਕ ਦੀ ਅਲੱਗ ਅਲੱਗ ਜਿਹੜੀ ਕੈਟਾਗਰੀ ਵਾਈਜ਼ ਤੁਹਾਡੀ ਇੱਥੇ ਰਹੇਗੀ। ਸੋ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰਨਾ ਹੋਵੇਗਾ। ਸਾਰੇ ਦੇ ਸਾਰੇ ਲਿੰਕ ਜਿਹੜੇ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ। ਇਸ ਤੋਂ ਇਲਾਵਾ ਹੋਰ ਵੀ ਵੈਕੈਂਸੀਜ਼ ਨੇ, ਗਰੁੱਪ ਬੀ ਦੀਆਂ ਵੈਕੈਂਸੀਜ਼ ਨੇ, ਉਹ ਵੀ ਆਊਟ ਹੋਈਆਂ ਨੇ। ਉਹਦੇ ਲਈ 34 ਜਿਹੜੀ ਹੈ 600 ਤੁਹਾਡੀ ਸੈਲਰੀ ਹੈਗੀ ਹੈ, ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਮੈਂ ਦੇ ਦੇਵਾਂਗਾ। ਚੈੱਕ ਕਰਕੇ ਤੁਸੀਂ ਇਹਦੇ ਲਈ ਜਿਹੜਾ ਉਹ ਅਪਲਾਈ ਕਰ ਸਕਦੇ ਹੋ। ਸਾਰੇ ਦੇ ਸਾਰੇ ਲਿੰਕ ਜਿਹੜੇ ਨੇ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ, ਤੁਸੀਂ ਚੈੱਕ ਕਰਕੇ ਜ਼ਰੂਰ ਅਪਲਾਈ ਕਰ ਲੈਣਾ। ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ, ਮੈਂ ਤੁਹਾਡੇ ਲਈ ਸਾਰੀਆਂ ਵੈਕੈਂਸੀਜ਼ ਇਸੇ ਤਰ੍ਹਾਂ ਲੈ ਕੇ ਆਉਂਦਾ ਹੀ ਰਹਾਂਗਾ। ਸੋ ਇਹ ਅੱਜ ਦਾ ਨੋਟੀਫਿਕੇਸ਼ਨ ਹੈ ਜਿਹੜੇ ਕਿ ਆਊਟ ਕੀਤਾ ਗਿਆ ਸੀਗਾ। ਸੋ ਇਹਦੇ ਲਈ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ, ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।